ਕਮਿਸ਼ਨਰ ਫਤਿਹਗੜ੍ਹ ਸਾਹਿਬ ਦੇ ਰਾਹੀਂ ਇੱਕ ਚੇਚੇ ਤੌਰ ਤੇ ਮੰਗ ਪੱਤਰ ਦਿੱਤਾ, ਜਿਹਦੇ ਵਿੱਚ ਮੁੱਖ ਮਸਲਾ ਸੀ ਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੀ ਹੱਦ ਵਿੱਚ ਆ ਕੇ ਪੰਜਾਬ ਦੇ ਕਿਸਾਨ ਜਿਹੜੇ ਪਿਛਲੇ 3 ਹਫ਼ਤਿਆਂ ਤੋਂ ਲਗਾਤਾਰ ਦਿੱਲੀ ਜਾਣ ਲਈ ਸ਼ੰਭੂ ਬੈਰੀਅਰ ਤੇ ਜ਼ਬਰਦਸਤੀ ਰੋਕੇ ਹੋਏ ਹਨ, ਜਦਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਹਰ ਇੱਕ ਦਾ ਅਧਿਕਾਰ ਹੈ ਦਿੱਲੀ ਜਾਣ ਦਾ, ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ। ਲੇਕਿਨ ਇਹਦੇ ਬਾਵਜੂਦ ਵੀ ਸਰਕਾਰ ਨੇ ਉਹਨਾਂ ਨੂੰ ਰੋਕਿਆ ਹੋਇਆ, ਜਿਸ ਤਰ੍ਹਾਂ ਦੇ ਬੈਰੀਗੇਟ ਲਾਏ ਹੋਏ ਨੇ, ਜਿਸ ਤਰ੍ਹਾਂ ਕਿੱਲ ਗੱਡੀਆਂ ਹੋਈਆਂ ਨੇ, ਦੀਵਾਰਾਂ ਖੜੀਆਂ ਕੀਤੀਆਂ ਹੋਈਆਂ ਨੇ, ਇਹਦੇ ਨਾਲ ਇਸ ਤਰ੍ਹਾਂ ਲੱਗਦਾ ਕਿ ਭਾਰਤ ਦੀ ਅਤੇ ਹਰਿਆਣੇ ਦੀ ਸਰਕਾਰ ਪੰਜਾਬ ਨੂੰ ਵੱਖਰਾ ਸੂਬਾ ਵੱਖਰਾ ਦੇਸ਼ ਸਮਝਣ ਦਾ ਯਤਨ ਕਰ ਰਹੀ ਹੈ। ਅਤੇ ਜੋ ਗੋਲੀਆਂ ਚਲਾਈਆਂ ਗਈਆਂ, ਸ਼ੁਭਕਰਨ ਸਿੰਘ ਦੀ ਮੌਤ ਹੋਈ। ਅੱਜ ਜਿਹੜਾ ਅਸੀਂ ਮੰਗ ਪੱਤਰ ਦਿੱਤਾ, ਸਾਰੀ ਪਾਰਟੀਆਂ ਨੇ ਰਲ ਕੇ ਮੰਗ ਪੱਤਰ ਦਿੱਤਾ, ਕਿਉਂ ਕਰਕੇ ਜਿਹੜਾ ਸਾਡਾ ਕਿਸਾਨਾਂ ਦਾ ਸੰਘਰਸ਼ ਆ, ਆਪਣੇ ਹੱਕਾਂ ਦੇ ਲਈ ਲੜ ਰਹੇ ਹਾਂ। ਹਰਿਆਣੇ ਦੀ ਪੁਲਿਸ ਨੇ, ਮਿਲਟਰੀ ਨੇ ਕਹਿਣਾ ਬਹੁਤ ਕਿੰਨਾ ਜ਼ਿਆਦਾ ਸਾਡੇ ਜ਼ਿਮੀਂਦਾਰਾਂ ਦੇ ਟਰੈਕਟਰਾਂ ਨੂੰ ਟਾਇਰ ਪਾੜਦੇ ਆ ਅਤੇ ਨੌਜਵਾਨ ਫੱਟੜ ਕਰਦੇ ਆ, ਅਥਰੂ ਗੈਸ ਦੇ ਗੋਲੇ ਸਿੱਟਦੇ ਆ ਅਤੇ ਨਿਕੰਨੇ ਸਾਡੇ ਨੌਜਵਾਨਾਂ ਦੀ ਸਾਡੇ ਜਾਨ ਵੀ ਚਲੀ ਗਈ ਆ। ਅਤੇ ਕਹਿੰਦਾ ਐਡੀ ਕਿਹੜੀ ਮਾੜੀ ਗੱਲ ਹੋ ਗਈ ਤੀ, ਜਦੋਂ ਸੈਂਟਰ 'ਤੇ ਹਰੇਕ ਜਦੋਂ ਬੱਚੇ ਨੂੰ ਭੁੱਖ ਲੱਗਦੀ ਆ ਉਦੋਂ ਬੱਚੇ ਨੇ ਰੋਣੇ ਆ ਅਤੇ ਮਾਂ ਕੋਲ ਫਰਿਆਦ ਮੰਗਣੀ ਆ, ਜਦੋਂ ਆਪਣੀ ਮੰਗਾਂ ਅੱਜ ਮੰਗ ਰਹੇ ਹਾਂ, ਅੱਜ ਕਿਸਾਨ ਆ ਆਪਣੀ ਕਹਿੰਦਾ ਹੱਕ ਮੰਗ ਰਹੇ ਹਾਂ, ਦਿੱਲੀ ਕੂਚ ਕਰ ਰਹੇ ਹਾਂ ਅਤੇ ਉਹਨਾਂ ਨੂੰ ਰਸਤੇ ਵਿੱਚ ਰੋਕ ਕੇ ਕਹਿੰਦਾ ਉਹਨਾਂ 'ਤੇ ਕਹਿੰਦਾ ਅਥਰੂ ਗੈਸ 'ਤੇ ਗੋਲੀਆਂ ਚਲਾਈਆਂ ਜਾ ਰਹੀਆਂ।